ਗੁਰੂ ਨਾਨਕ ਦੇਵ ਜੀ ਨੂੰ ਮੱਝਾਂ ਗਾਵਾਂ ਨੂੰ ਜੰਗਲ ਵਿੱਚ ਚਰਾਉਣਾ ਬਹੁਤ ਚੰਗਾ ਲੱਗਦਾ ਸੀ, ਕਿਉਂਕਿ ਇਸ ਤਰ੍ਹਾਂ ਉਹ ਰੱਬ ਦੀ ਬਣਾਈ ਹੋਈ ਪ੍ਰਕਿਰਤੀ ਵਿੱਚ ਰਹਿੰਦੇ ਸਨ। ਉਹ ਹਰ ਰੋਜ਼ ਦੂਰ ਜੰਗਲਾਂ ਵਿੱਚ ਚਲੇ ਜਾਂਦੇ ਅਤੇ ਕਿਸੇ ਰੁੱਖ ਹੇਠਾਂ ਬੈਠ ਕੇ ਆਰਾਮ ਕਰਦੇ ਅਤੇ ਪਰਮਾਤਮਾ ਨੂੰ ਯਾਦ ਕਰਦੇ। ਇੱਕ ਦਿਨ ਸ਼੍ਰੀ ਗੁਰੂ ਨਾਨਕ ਦੇਵ ਜੀ ਮੱਝਾਂ ਨੂੰ ਚਰਾਉਣ ਲਈ ਜੰਗਲ ਵਿੱਚ ਗਏ ਹੋਏ ਸਨ ਅਤੇ ਮੱਝਾਂ ਚੁਗ ਰਹੀਆਂ ਸਨ ਤਾਂ ਗੁਰੂ ਜੀ ਨੇ ਆਪਣੇ ਆਰਾਮ ਕਰਨ ਵਾਸਤੇ ਇੱਕ ਰੁੱਖ ਦੀ ਛਾਵੇਂ ਕੱਪੜਾ ਵਿਛਾ ਲਿਆ ਅਤੇ ਆਪ ਆਰਾਮ ਕਰਨ ਲੱਗ ਪਏ। ਕੁਝ ਸਮੇਂ ਬਾਅਦ ਪ੍ਰਭੂ ਦੀ ਲੀਲਾ ਵਿੱਚ ਲੀਨ ਗੁਰੂ ਜੀ ਦੀ ਅੱਖ ਲੱਗ ਗਈ ਅਤੇ ਉਹ ਸੌਂ ਗਏ। ਹੌਲੀ ਹੌਲੀ ਰੁੱਖ ਦੀ ਛਾਂ ਢਲ ਗਈ ਅਤੇ ਗੁਰੂ ਜੀ ਦੇ ਚਿਹਰੇ ਉੱਪਰ ਧੁੱਪ ਪੈਣੀ ਸ਼ੁਰੂ ਹੋ ਗਈ। ਗੁਰੂ ਨਾਨਕ ਦੇਵ ਜੀ ਉਸ ਵੇਲੇ ਗਹਿਰੀ ਨੀਂਦ ਵਿੱਚ ਸੁੱਤੇ ਹੋਏ ਸਨ ਤਾਂ ਗਰਮੀ ਕਾਰਨ ਗੁਰੂ ਜੀ ਦੇ ਚਿਹਰੇ ਉੱਪਰ ਪਸੀਨਾ ਆਉਣਾ ਸ਼ੁਰੂ ਹੋ ਗਿਆ। ਤਾਂ ਜਿਵੇਂ ਹੀ ਗੁਰੂ ਜੀ ਦੇ ਚਿਹਰੇ 'ਤੇ ਪਸੀਨਾ ਆਇਆ ਤਾਂ ਉਸੇ ਵੇਲੇ ਇੱਕ ਕਾਲਾ ਕੋਬਰਾ ਸੱਪ ਗੁਰੂ ਜੀ ਦੇ ਕੋਲ ਆਣ ਖਲੋਤਾ ਅਤੇ ਆਪਣਾ ਫੰਨ ਫੈਲਾ ਕੇ ਗੁਰੂ ਜੀ ਦੇ ਚਿਹਰੇ ਉੱਪਰ ਛਾਂ ਕਰ ਦਿੱਤੀ। ਕੁਝ ਸਮੇਂ ਬਾਅਦ ਗਸ਼ਤ ਕਰਦਾ ਹੋਇਆ ਰਾਏ ਬੁਲਾਰ ਉਸ ਜਗ੍ਹਾ ਤੋਂ ਲੰਘ ਰਿਹਾ ਸੀ ਤਾਂ ਜਦੋਂ ਉਸਨੇ ਇਹ ਦ੍ਰਿਸ਼ ਦੇਖਿਆ ਤਾਂ ਉਹ ਵੀ ਹੱਕਾ ਬੱਕਾ ਰਹਿ ਗਿਆ। ਰਾਏ ਬੁਲਾਰ ਨੇ ਆਪਣੇ ਪਿਆਦਿਆਂ ਨੂੰ ਕਿਹਾ ਕਿ ਇਸ ਬਾਲਕ ਦੇ ਕੋਲ ਜਾ ਕੇ ਦੇਖੋ ਕਿ ਇਹ ਕੌਣ ਸੁੱਤਾ ਪਿਆ ਹੈ। ਤਾਂ ਰਾਏ ਬੁਲਾਰ ਦੇ ਪਿਆਦਿਆਂ ਨੇ ਜਦੋਂ ਕੋਲ ਜਾ ਕੇ ਦੇਖਿਆ ਤਾਂ ਕਹਿਣ ਲੱਗੇ ਕਿ ਹਜ਼ੂਰ, ਇਹ ਤਾਂ ਪਟਵਾਰੀ ਕਾਲੂ ਦਾ ਪੁੱਤਰ ਹੈ। ਪਿਆਦਿਆਂ ਨੂੰ ਕੋਲ ਖਲੋਤਾ ਦੇਖ ਕੇ ਸੱਪ ਉੱਥੋਂ ਚਲਾ ਗਿਆ ਅਤੇ ਗੁਰੂ ਜੀ ਦੀ ਵੀ ਅੱਖ ਖੁੱਲ੍ਹ ਗਈ। ਜਿਵੇਂ ਹੀ ਗੁਰੂ ਜੀ ਦੀ ਅੱਖ ਖੁੱਲ੍ਹੀ ਤਾਂ ਉਹਨਾਂ ਨੇ ਸਾਹਮਣੇ ਰਾਏ ਬੁਲਾਰ ਨੂੰ ਖੜ੍ਹਾ ਦੇਖਿਆ ਤਾਂ ਗੁਰੂ ਜੀ ਨੇ ਉੱਠਦਿਆਂ ਹੀ ਰਾਏ ਬੁਲਾਰ ਨੂੰ ਸਲਾਮ ਕੀਤੀ ਤਾਂ ਰਾਏ ਬੁਲਾਰ ਨੇ ਆਪਣੇ ਘੋੜੇ ਤੋਂ ਉੱਤਰ ਕੇ ਗੁਰੂ ਨਾਨਕ ਦੇਵ ਜੀ ਦਾ ਮੱਥਾ ਚੁੰਮਿਆ ਅਤੇ ਆਪਣੇ ਗਲ ਨਾਲ ਲਾ ਲਿਆ। ਘਰ ਪਹੁੰਚਣ ਤੋਂ ਬਾਅਦ ਰਾਏ ਬੁਲਾਰ ਨੇ ਮਹਿਤਾ ਕਾਲੂ ਜੀ ਨੂੰ ਆਪਣੇ ਘਰ ਬੁਲਾ ਲਿਆ ਅਤੇ ਕਹਿਣ ਲੱਗਾ ਕਿ ਤੂੰ ਆਪਣੇ ਪੁੱਤਰ ਨੂੰ ਸਿਰਫ ਪੁੱਤਰ ਹੀ ਨਾ ਜਾਣੀ, ਇਹ ਤਾਂ ਮੈਨੂੰ ਪਰਮਾਤਮਾ ਦਾ ਕੋਈ ਬਹੁਤ ਵੱਡਾ ਭਗਤ ਲੱਗਦਾ ਹੈ। ਮੈਨੂੰ ਤਾਂ ਇੱਦਾਂ ਲੱਗਦਾ ਹੈ ਕਿ ਇਹ ਤਾਂ ਜੱਗ ਨੂੰ ਤਾਰਨ ਵਾਸਤੇ ਆਇਆ ਹੈ। ਤੂੰ ਕਦੀ ਵੀ ਨਾਨਕ ਨੂੰ ਝਿੜਕੀ ਨਾ ਅਤੇ ਨਾ ਹੀ ਕਦੀ ਕੌੜਾ ਬੋਲ ਬੋਲੀ, ਕਿਉਂਕਿ ਮੈਨੂੰ ਇਹ ਕੋਈ ਬਹੁਤ ਵੱਡਾ ਮਹਾਂਪੁਰਖ ਲੱਗਦਾ ਹੈ ਅਤੇ ਇਸੇ ਦੇ ਸਦਕਾ ਹੀ ਮੇਰਾ ਸ਼ਹਿਰ ਵਸਿਆ ਹੋਇਆ ਹੈ। ਮੈਂ ਬਹੁਤ ਭਾਗਾਂ ਵਾਲਾ ਹਾਂ ਕਿ ਇਸ ਦਾ ਜਨਮ ਮੇਰੇ ਸ਼ਹਿਰ ਵਿੱਚ ਹੋਇਆ ਹੈ ਅਤੇ ਕਾਲੂ, ਤੂੰ ਵੀ ਬਹੁਤ ਭਾਗਾਂ ਵਾਲਾ ਹੈ ਜੋ ਤੇਰੇ ਘਰ ਇਹੋ ਜਿਹੇ ਪੁੱਤਰ ਨੇ ਜਨਮ ਲਿਆ ਹੈ। ਗੁਰੂ ਜੀ ਦੇ ਪਿਤਾ ਮਹਿਤਾ ਕਾਲੂ ਜੀ ਨੇ ਰਾਏ ਬੁਲਾਰ ਨੂੰ ਕਿਹਾ ਕਿ ਜਦੋਂ ਵੱਡਾ ਹੋਵੇਗਾ ਉਦੋਂ ਵੇਖਾਂਗੇ, ਪਰ ਹੁਣ ਤਾਂ ਇਹ ਕੋਈ ਕੰਮਕਾਰ ਨਹੀਂ ਕਰਦਾ ਅਤੇ ਜਿਹੜੀ ਵੀ ਵਸਤੂ ਘਰੋਂ ਲੈ ਜਾਂਦਾ ਹੈ ਉਸ ਨੂੰ ਬਾਹਰ ਹੀ ਦੇ ਆਉਂਦਾ ਹੈ। ਅਤੇ ਇਹ ਗੱਲ ਕਹਿਣ ਤੋਂ ਬਾਅਦ ਪਿਤਾ ਮਹਿਤਾ ਕਾਲੂ ਜੀ ਉੱਥੋਂ ਚਲੇ ਗਏ। ਸੋ ਗੁਰੂ ਪਿਆਰਿਓ, ਸਾਖੀ ਜੇਕਰ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ। ਸਤਿਨਾਮ ਸ਼੍ਰੀ ਵਾਹਿਗੁਰੂ।